ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ, ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ, ਤਾਂ ਫਿਰ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ, ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਹਾਂ ਤਾਂ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ। ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ। ਜੇ ਵੀਡੀਓ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ, ਅਤੇ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਦੇਖੋ ਜੀ, ਹਰ ਇੱਕ ਇਨਸਾਨ ਨੂੰ ਪਤਾ ਹੈ ਕਿ ਸਾਡੇ ਲਈ ਨਾਮ ਜਪਣਾ ਕਿੰਨਾ ਜ਼ਰੂਰੀ ਆ। ਨਾਮ ਜਪਣ ਦੇ ਵਿੱਚ ਹੀ ਸੁੱਖ ਆ, ਭਾਵੇਂ ਕੋਈ ਵੀ ਮਨੁੱਖ ਆ, ਕਿਸੇ ਵੀ ਧਰਮ ਦੇ ਵਿੱਚ ਆ। ਸਭ ਨੂੰ ਪਤਾ ਕਿ ਨਾਮ ਜਪ ਕੇ ਹੀ ਸਾਡਾ ਪਾਰ ਉਤਾਰਾ ਹੋਵੇਗਾ, ਪਰ ਫਿਰ ਵੀ ਆਪਾਂ ਨਾਮ ਨਹੀਂ ਜਪਦੇ। ਆਪਾਂ ਇਹਨਾਂ ਗੱਲਾਂ ਨੂੰ ਸੁਣ ਕੇ ਸਮਝ ਕੇ ਵੀ ਉਹਨਾਂ ਦੇ ਉੱਤੇ ਅਸਰ ਨਹੀਂ ਕਰਦੇ। ਪਤਾ ਸਾਨੂੰ ਸਭ ਕੁਝ ਆ ਕਿ ਉਸ ਪਰਮਾਤਮਾ ਤੋਂ ਬਿਨਾਂ ਕਿਸੇ ਨੇ ਬਾਹ ਨਹੀਂ ਫੜਨੀ, ਪਰ ਫਿਰ ਵੀ ਅਸੀਂ ਪਰਵਾਹ ਨਹੀਂ ਕਰਦੇ। ਫਿਰ ਕੀ ਹੁੰਦਾ ਵੀ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆਉਂਦਾ ਹੈ ਨਾ, ਦੁੱਖ ਦੀ ਘੜੀ ਦੇ ਵਿੱਚ ਅਸੀਂ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਕਰਦੇ ਹਾਂ, ਫਿਰ ਵਾਹਿਗੁਰੂ ਜੀ ਵੱਲ ਭੱਜਦੇ ਹਾਂ, ਫਿਰ ਜਾ ਕੇ ਮਿੰਨਤਾਂ ਕਰਦੇ ਹਾਂ, ਤਰਲੇ ਕਰਦੇ ਹਾਂ, ਅਰਦਾਸਾਂ ਬੇਨਤੀਆਂ ਕਰਦੇ ਹਾਂ। ਜਿਹੜੇ ਕਹਿ ਦਿੰਦੇ ਆ ਵੀ ਸਾਡੇ ਤੋਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ, ਨਾਮ ਨਹੀਂ ਜਪਿਆ ਜਾਂਦਾ, ਫਿਰ ਦੁੱਖ ਦੀ ਘੜੀ ਦੇ ਵਿੱਚ ਉਹ ਵੀ ਅੰਮ੍ਰਿਤ ਵੇਲੇ ਉੱਠ ਲੈਂਦੇ ਆ, ਨਾਮ ਜਪ ਲੈਂਦੇ ਆ। ਤਾਂ ਇੱਥੇ ਮਹਾਂਪੁਰਖ ਜੀ ਕਹਿੰਦੇ ਵੀ ਉਦੋਂ ਵੀ ਤਾਂ ਆਪਾਂ ਅੰਮ੍ਰਿਤ ਵੇਲੇ ਉੱਠਦੇ ਹੀ ਹਾਂ, ਨਾਮ ਜਪਦੇ ਹੀ ਹਾਂ। ਜੇਕਰ ਪਹਿਲਾਂ ਹੀ ਆਪਾਂ ਜਪਣਾ ਸ਼ੁਰੂ ਕਰ ਦਈਏ, ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਈਏ, ਤਾਂ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਵੱਡੇ ਵੱਡੇ ਦੁੱਖ ਨਿੱਕੇ ਨਿੱਕੇ ਬਣ ਕੇ ਬੀਤ ਜਾਂਦੇ ਆ। ਪਤਾ ਹੀ ਨਹੀਂ ਲੱਗਦਾ ਵੀ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਵੱਡੇ ਵੱਡੇ ਕਸ਼ਟਾਂ ਨੂੰ ਛੋਟਿਆਂ ਦੇ ਵਿੱਚ ਕੱਟ ਦਿੰਦੇ ਨੇ, ਸੂਲੀ ਤੋਂ ਵੀ ਸੂਲ ਬਣਾ ਦਿੰਦੇ ਨੇ। ਤਾਂ ਫਿਰ ਆਪਾਂ ਕਿਉਂ ਇੰਨੀ ਵੱਡੀ ਗਲਤੀ ਕਰਦੇ ਹਾਂ? ਚਲੋ ਕੁਝ ਲੋਕ ਤਾਂ ਅੰਮ੍ਰਿਤ ਵੇਲੇ ਨਹੀਂ ਉੱਠਦੇ ਨਾ ਨਾਮ ਜਪਦੇ ਆ, ਪਰ ਕੁਝ ਭੈਣ ਭਰਾ ਐਸੇ ਆ ਜੋ ਇਹ ਇੰਨੀ ਕੀਮਤੀ ਕਮਾਈ ਨੂੰ ਕਰਕੇ ਵੀ ਵਿਰਥਾ ਹੀ ਗਵਾ ਦਿੰਦੇ ਆ। ਭਾਵ ਕਿ ਉਹ ਰੋਜ਼ ਸਵੇਰੇ ਅੰਮ੍ਰਿਤ ਵੇਲੇ ਦੇ ਵਿੱਚ ਉੱਠਦੇ ਆ, ਨਾਮ ਜਪਦੇ ਆ, ਗੁਰੂ ਘਰੇ ਜਾਂਦੇ ਆ, ਜਾ ਕੇ ਸੇਵਾ ਸਿਮਰਨ ਕਰਦੇ ਆ, ਜਿੱਥੇ ਵੀ ਦਾਨ ਪੁੰਨ ਕਰਨ ਦਾ ਮੌਕਾ ਮਿਲੇ ਉੱਥੇ ਦਾਨ ਪੁੰਨ ਕਰਦੇ ਆ, ਸੇਵਾ ਕਰਦੇ ਆ। ਪਰ ਇਹ ਸਾਰੇ ਚੰਗੇ ਕੰਮ ਕਰਕੇ ਪੁੰਨ ਕਮਾ ਕੇ ਕੁਝ ਗਲਤੀਆਂ ਕੁਝ ਭੁੱਲਾਂ ਐਸੀਆਂ ਕਰ ਬੈਠਦੇ ਨੇ ਕਿ ਆਪਣੇ ਸਾਰੇ ਪੁੰਨ ਸਾਰੇ ਕੀਤੇ ਹੋਏ ਚੰਗੇ ਕਰਮ ਗਵਾ ਬੈਠਦੇ ਆ। ਮਹਾਂਪੁਰਖ ਜੀ ਹਮੇਸ਼ਾ ਸਮਝਾਉਂਦੇ ਆ ਨਾ ਕਿ ਜਦੋਂ ਆਪਾਂ ਕੋਈ ਵੀ ਚੰਗਾ ਕੰਮ ਕਰਦੇ ਹਾਂ, ਦਾਨ ਪੁੰਨ ਕਰਦੇ ਹਾਂ, ਸੇਵਾ ਕਰਦੇ ਹਾਂ, ਕੋਈ ਵੀ ਪਰ ਉਪਕਾਰ ਦਾ ਕੰਮ ਕਰਦੇ ਹਾਂ, ਮਨ ਦੇ ਵਿੱਚ ਚੰਗੀ ਭਾਵਨਾ ਰੱਖ ਕੇ ਕਿਸੇ ਦਾ ਭਲਾ ਕਰਦੇ ਹਾਂ, ਤਾਂ ਉਹ ਸਾਡੇ ਪੁੰਨ ਬਣਦੇ ਆ, ਸਾਡੇ ਚੰਗੇ ਕਰਮ ਬਣਦੇ ਆ। ਪਰ ਅਸੀਂ ਆਪਣੇ ਕੀਤੇ ਹੋਏ ਚੰਗੇ ਕਰਮਾਂ ਨੂੰ, ਕਮਾਏ ਹੋਏ ਚੰਗੇ ਕਰਮਾਂ ਨੂੰ ਕਈ ਵਾਰ ਕੁਝ ਗਲਤੀਆਂ ਦੇ ਨਾਲ ਗਵਾ ਬੈਠਦੇ ਹਾਂ। ਇਸੇ ਕਰਕੇ ਤਾਂ ਸਾਨੂੰ ਮਹਾਂਪੁਰਖ ਜੀ ਵਾਰ ਵਾਰ ਸੁਚੇਤ ਕਰਦੇ ਆ, ਸਾਨੂੰ ਸਮਝਾਉਂਦੇ ਆ ਕਿ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਕਿਸੇ ਦੀ ਨਿੰਦਿਆ ਚੁਗਲੀ ਬੁਰਾਈ ਕਰਨ ਤੋਂ ਮਨਾਹੀ ਕੀਤੀ ਆ ਵੀ ਭਾਈ ਕਦੇ ਵੀ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ, ਭਾਵੇਂ ਕੋਈ ਮਨੁੱਖ ਜਿੰਨਾ ਮਰਜ਼ੀ ਮਾੜਾ ਹੋਵੇ ਪਰ ਆਪਾਂ ਉਹਨੂੰ ਮਾੜਾ ਨਹੀਂ ਕਹਿਣਾ। ਹਾਂ, ਉਹਦੇ ਲਈ ਅਰਦਾਸ ਬੇਨਤੀ ਕਰ ਸਕਦੇ ਹਾਂ
ਵੀ ਸਤਿਗੁਰ ਸੱਚੇ ਪਾਤਸ਼ਾਹ ਇਹਨੂੰ ਮਤ ਬੁੱਧ ਬਖਸ਼ੋ। ਕਦੇ ਵੀ ਕਿਸੇ ਦੀ ਬੁਰਾਈ ਨਹੀਂ ਕਰਨੀ, ਕਦੀ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ। ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਕਿਸੇ ਦੇ ਧੀ ਪੁੱਤ ਦੀ ਗੱਲ ਹੋ ਗਈ, ਕਿਸੇ ਦੇ ਪਰਿਵਾਰ ਦੀ ਕੋਈ ਗੱਲ, ਕਿਸੇ ਦਾ ਕੋਈ ਔਗਣ ਸਾਹਮਣੇ ਆਇਆ, ਓਨੀ ਦੇਰ ਤੱਕ ਉਹ ਚੈਨ ਦੇ ਨਾਲ ਨਹੀਂ ਬੈਠਦੇ ਜਿੰਨੀ ਦੇਰ ਤੱਕ ਚਾਰ ਜੀਆਂ ਨੂੰ ਹੋਰ ਨਾ ਦੱਸ ਲੈਣ। ਪਰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਕਿੰਨੀ ਵੱਡੀ ਗਲਤੀ ਕਰ ਰਹੇ ਆ, ਆਪਣੇ ਕੀਤੇ ਹੋਏ ਸਾਰੇ ਚੰਗੇ ਕਰਮਾਂ ਨੂੰ ਗਵਾ ਰਹੇ ਆ। ਕੁਝ ਲੋਕ ਗੁਰਬਾਣੀ ਦਾ ਪਾਠ ਕਰਦੇ ਆ, ਗੁਰੂ ਘਰੇ ਜਾਂਦੇ ਆ, ਪਰ ਗੁਰੂ ਦੇ ਉੱਤੇ ਭਰੋਸਾ ਪੱਕਾ ਨਹੀਂ। ਉਹ ਕਈ ਤਰ੍ਹਾਂ ਦੇ ਕਰਮ ਕਾਂਡ ਕਰਦੇ ਆ, ਵਹਿਮ ਭਰਮ ਕਰਦੇ ਆ। ਉਹ ਦਾਨ ਪੁੰਨ ਕਰਨ ਲੱਗਿਆਂ ਵੀ ਦਿਨ ਮਹੀਨੇ ਵਾਰ ਦੀ ਚਿੰਤਾ ਕਰਦੇ ਆ, ਪਹਿਲਾਂ ਇਹ ਸੋਚਦੇ ਆ ਵੀ ਅੱਜ ਕੀ ਵਾਰ ਆ, ਕਿਉਂਕਿ ਉਹ ਵਾਰਾਂ ਦੇ ਹਿਸਾਬ ਦੇ ਨਾਲ, ਚੀਜ਼ਾਂ ਦੇ ਹਿਸਾਬ ਦੇ ਨਾਲ ਦਾਨ ਪੁੰਨ ਕਰਦੇ ਆ ਵੀ ਕਿਹੜੀ ਚੀਜ਼ ਦਾ ਦਾਨ ਪੁੰਨ ਕਰਾਂ, ਕਿਹੜੇ ਵਾਰ ਕਰਾਂ ਤਾਂ ਜੋ ਮੈਨੂੰ ਫਲ ਮਿਲੇ। ਪਰ ਸਤਿਗੁਰ ਸੱਚੇ ਪਾਤਸ਼ਾਹ ਨੇ, ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹਨਾਂ ਕੰਮਾਂ ਤੋਂ ਰੋਕਿਆ ਹੈ। ਦਾਨ ਪੁੰਨ ਕੀਤੀ ਹੋਈ ਸੇਵਾ ਉਹੀ ਸਫਲ ਆ ਜੋ ਅਸੀਂ ਨਿਰਸਵਾਰਥ ਹੋ ਕੇ ਕਰਦੇ ਹਾਂ, ਬਿਨਾਂ ਭੇਦਭਾਵ ਤੋਂ ਕਰਦੇ ਹਾਂ, ਬਿਨਾਂ ਵਿਤਕਰੇ ਤੋਂ ਕਰਦੇ ਹਾਂ ਅਤੇ ਬਿਨਾਂ ਕਿਸੇ ਵਿਚਾਰ ਤੋਂ ਕਰਦੇ ਹਾਂ। ਭਾਵ ਕਿ ਕਿਸੇ ਪ੍ਰਕਾਰ ਦਾ ਕੋਈ ਭੇਦਭਾਵ ਨਹੀਂ ਰੱਖਣਾ। ਇਹ ਨਹੀਂ ਆ ਵੀ ਆਪਾਂ ਸੰਗਰਾਂਦ ਵਾਲੇ ਦਿਨ ਹੀ ਦਾਨ ਪੁੰਨ ਕਰਨਾ ਹੈ, ਮੱਸਿਆ ਵਾਲੇ ਦਿਨ ਹੀ ਕਰਨਾ ਹੈ, ਨਾ। ਗੁਰੂ ਨਾਨਕ ਪਾਤਸ਼ਾਹ ਦੀ ਸਿੱਖਿਆ ਸਾਨੂੰ ਇਹ ਸਿਖਾਉਂਦੀ ਆ ਕਿ ਜੇਕਰ ਤੁਹਾਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਸੇ ਦੀ ਮਦਦ ਕਰਨ ਦੇ ਯੋਗ ਬਣਾਇਆ ਹੈ, ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ, ਤਾਂ ਕਦੇ ਵੀ ਕੋਈ ਦਿਨ ਮਹੀਨਾ ਵਾਰ ਵਿਚਾਰ ਕੇ ਮਦਦ ਨਹੀਂ ਕਰਨੀ। ਜਦੋਂ ਵੀ ਕਿਸੇ ਲੋੜਵੰਦ ਨੂੰ ਕਿਸੇ ਚੀਜ਼ ਦੀ ਲੋੜ ਹੋਵੇ, ਉਹਦੀ ਲੋੜ ਦੇ ਮੁਤਾਬਕ ਉਹਦੀ ਸਹਾਇਤਾ ਕਰਨੀ ਆ, ਤਾਂ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਉੱਤੇ ਮਿਹਰਬਾਨ ਹੁੰਦੇ ਆ। ਪਰ ਅਸੀਂ ਕੀ ਕਰਦੇ ਹਾਂ, ਆਪਣੇ ਵੱਲੋਂ ਤਾਂ ਚੰਗੇ ਕੰਮ ਹੀ ਕਰਦੇ ਹਾਂ, ਪਰ ਇੱਦਾਂ ਦੀਆਂ ਵਿਚਾਰਾਂ ਕਰਕੇ, ਵਹਿਮ ਭਰਮ ਕਰਕੇ ਆਪਣੇ ਚੰਗੇ ਕਰਮਾਂ ਨੂੰ ਗਵਾ ਬੈਠਦੇ ਹਾਂ, ਤਾਂ ਫਿਰ ਭੁੱਲ ਕੇ ਵੀ ਕਦੇ ਕਿਸੇ ਪ੍ਰਕਾਰ ਦਾ ਕੋਈ ਵਹਿਮ ਭਰਮ ਵਿਚਾਰ ਨਹੀਂ ਕਰਨੀ। ਕਦੇ ਵੀ ਕਿਸੇ ਦੀ ਨਿੰਦਿਆ ਚੁਗਲੀ, ਕਿਸੇ ਦੀ ਬੁਰਾਈ ਨਹੀਂ ਕਰਨੀ। ਕਦੇ ਵੀ ਆਪਣੇ ਕੀਤੇ ਹੋਏ ਚੰਗੇ ਕਰਮਾਂ ਦਾ ਲੋਕ ਵਿਖਾਵਾ ਨਹੀਂ ਕਰਨਾ। ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰਨਾ ਹੈ, ਨਾਮ ਜਪਣਾ ਹੈ ਅਤੇ ਗੁਰੂ ਦੇ ਉਪਦੇਸ਼ ਦੇ ਅਨੁਸਾਰ ਚੱਲਣਾ ਹੈ। ਅਤੇ ਇੱਥੇ ਮਹਾਂਪੁਰਖ ਜੀ ਇੱਕ ਹੋਰ ਬਹੁਤ ਸੋਹਣੀ ਗੱਲ ਸਮਝਾਉਂਦੇ ਨੇ। ਮਹਾਂਪੁਰਖ ਜੀ ਕਹਿੰਦੇ ਕਿ ਸਿਰਫ ਨਿਤਨੇਮ ਨਹੀਂ ਵਧਾਉਣਾ, ਭਾਵ ਕਿ ਕਈ ਵਾਰ ਸਾਡੇ ਮਨ ਦੇ ਵਿੱਚ ਇਹ ਹੁੰਦਾ ਹੈ ਵੀ ਆਪਾਂ ਜ਼ਿਆਦਾ ਪਾਠ ਕਰਾਂਗੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਉੱਤੇ ਜ਼ਿਆਦਾ ਮਿਹਰਬਾਨ ਹੋਣਗੇ। ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰਨ ਤੋਂ ਭਾਵ ਇਹ ਹੁੰਦਾ ਹੈ ਵੀ ਜਿੰਨਾ ਕੁ ਆਪਾਂ ਪਾਠ ਕਰਦੇ ਹਾਂ ਨਾ, ਉਹਨੂੰ ਪੂਰੇ ਚਾਅ ਦੇ ਨਾਲ, ਉਤਸ਼ਾਹ ਦੇ ਨਾਲ ਕਰੀਏ, ਮਨ ਲਾ ਕੇ ਕਰੀਏ, ਸਾਡਾ ਗੁਰਬਾਣੀ ਦੇ ਪ੍ਰਤੀ ਪ੍ਰੇਮ ਭਰੋਸਾ ਵਧੇ। ਗੁਰਬਾਣੀ ਦਾ ਪਾਠ ਅਸੀਂ ਪੂਰੇ ਚਾਅ ਉਤਸ਼ਾਹ ਦੇ ਨਾਲ ਕਰਨਾ ਹੈ, ਮਨ ਲਾ ਕੇ ਕਰਨਾ ਹੈ, ਆਪਣੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਨਾ ਹੈ। ਜਦੋਂ ਗੁਰਬਾਣੀ ਦਾ ਪਾਠ ਕਰੀਏ ਤਾਂ ਇੰਝ ਮਹਿਸੂਸ ਕਰਨਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਸਾਹਮਣੇ ਬੈਠੇ ਨੇ, ਅਸੀਂ ਉਹਨਾਂ ਨੂੰ ਗੁਰਬਾਣੀ ਦਾ ਪਾਠ ਸੁਣਾ ਰਹੇ ਹਾਂ। ਹੁਣ ਪੋਹ ਦੇ ਮਹੀਨੇ ਦੇ ਵਿੱਚ ਸੰਗਰਾਂਦ ਵਾਲੇ ਦਿਨ ਤੋਂ ਹੀ ਗੁਰਬਾਣੀ ਦੇ ਪਾਠ ਕਰਨੇ ਆਰੰਭ ਕਰਨੇ ਆ। ਜੋ ਆਪਾਂ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਹਾਂ ਉਹ ਤਾਂ ਉਸੇ ਤਰ੍ਹਾਂ ਕਰਨਾ ਹੈ, ਪਰ ਸ਼ਹੀਦਾਂ ਸਿੰਘਾਂ ਦੇ ਨਾਮ 'ਤੇ, ਸਾਹਿਬਜ਼ਾਦਿਆਂ ਦੇ ਨਾਮ 'ਤੇ ਆਪਾਂ ਗੁਰਬਾਣੀ ਦਾ ਪਾਠ ਅਲੱਗ ਤੋਂ ਕਰਨਾ ਸ਼ੁਰੂ ਕਰੀਏ। ਜਿੰਨੀ ਕੁ ਤੁਹਾਡੀ ਭਾਵਨਾ ਹੈ, ਜਿੰਨਾ ਕੁ ਤੁਹਾਡੇ ਕੋਲ ਸਮਾਂ ਹੈ, ਇਹ ਨਹੀਂ ਆ ਵੀ ਜ਼ਿਆਦਾ ਪਾਠ ਕਰਾਂਗੇ ਤਾਂ ਜ਼ਿਆਦਾ ਕਿਰਪਾ, ਨਾ। ਜਿੰਨਾ ਹੀ ਪਾਠ ਅਸੀਂ ਮਨ ਲਾ ਕੇ ਕਰਾਂਗੇ, ਸ਼ਰਧਾ ਭਾਵਨਾ ਦੇ ਨਾਲ ਕਰਾਂਗੇ, ਓਨੀ ਹੀ ਸਾਡੇ ਉੱਤੇ ਕਿਰਪਾ ਹੋਵੇਗੀ। ਤਾਂ ਇਸ ਕਰਕੇ ਆਪਾਂ ਭਾਵੇਂ 5 ਮਿੰਟ ਦਾ ਹੀ ਟਾਈਮ ਕੱਢੀਏ, ਪਰ ਕੱਢਣਾ ਪੂਰੀ ਸ਼ਰਧਾ ਭਾਵਨਾ ਦੇ ਨਾਲ ਆ। ਭਾਵੇਂ ਮੂਲ ਮੰਤਰ ਜੀ ਦਾ ਜਾਪ ਕਰ ਲਓ, ਚੌਪਾਈ ਸਾਹਿਬ ਜੀ ਦੀ ਬਾਣੀ ਪੜ੍ਹ ਲਓ,
ਜਪਜੀ ਸਾਹਿਬ ਜੀ ਦੇ ਪਾਠ ਕਰ ਲਓ, ਸੁਖਮਨੀ ਸਾਹਿਬ ਜੀ ਦੇ ਪਾਠ ਕਰ ਲਓ। ਸ਼ਹੀਦਾਂ ਸਿੰਘਾਂ ਦੇ ਨਾਮ ਤੇ ਵੱਧ ਤੋਂ ਵੱਧ ਸਮਾਂ ਆਪਾਂ ਹਾਜ਼ਰੀ ਲਗਵਾਉਣੀ ਆ, ਅਤੇ ਹਾਜ਼ਰੀ ਲਗਵਾ ਕੇ ਕੋਈ ਵੀ ਦੁਨਿਆਵੀ ਮੰਗ ਨਹੀਂ ਰੱਖਣੀ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਅਸੀਂ ਆਪਣੀਆਂ ਮੰਗਾਂ ਮੰਗਦੇ ਚੰਗੇ ਨਹੀਂ ਲੱਗਦੇ। ਇਹਨਾਂ ਦਿਨਾਂ ਦੇ ਵਿੱਚ, ਇਸ ਮਹੀਨੇ ਦੇ ਵਿੱਚ ਜੋ ਵੀ ਗੁਰਬਾਣੀ ਦੇ ਪਾਠ ਕਰਨੇ ਆ, ਖਾਸ ਕਰਕੇ ਸ਼ਹੀਦਾਂ ਸਿੰਘਾਂ ਦੇ ਨਾਮ ਤੇ, ਚਾਰ ਸਾਹਿਬਜ਼ਾਦਿਆਂ ਦੇ ਨਾਮ ਤੇ, ਮਾਤਾ ਜੀ ਦੇ ਨਾਮ ਤੇ, ਜੋ ਵੀ ਆਪਾਂ ਪਾਠ ਕਰਨੇ ਆ ਨਾ, ਉਹ ਪਾਠ ਕਰਕੇ ਆਪਣੇ ਗੁਰੂ ਦਾ ਪ੍ਰੇਮ ਪਿਆਰ ਭਰੋਸਾ ਮੰਗਣਾ ਹੈ, ਅੰਮ੍ਰਿਤ ਵੇਲਾ ਮੰਗਣਾ ਹੈ, ਨਾਮ ਮੰਗਣਾ ਹੈ, ਅੰਮ੍ਰਿਤ ਦੀ ਦਾਤ ਮੰਗਣੀ ਆ। ਕੋਈ ਵੀ ਦੁਨਿਆਵੀ ਸੁੱਖ ਸਹੂਲਤਾਂ ਨਹੀਂ ਮੰਗਣੀਆਂ।